ਅਸੀਂ ਜਾ ਕੇ ਮੌਕਾ ਦੇਖਿਆ ਸੀ। ਉਹ ਗੱਡੀ ਜਿਹੜੀ ਸੀ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਜੀ, ਉਹਦਾ ਮਾਲਕ ਵੀ ਸਾਨੂੰ ਉੱਥੇ ਮਿਲਿਆ। ਉਹ ਗੱਡੀ ਦਾ ਐਕਸਲ ਟੁੱਟਣ ਕਰਕੇ ਉੱਥੇ ਜਦੋਂ ਪੜਤਾਲ ਕੀਤੀ ਉਹ ਮਿਸਤਰੀ ਲੈ ਕੇ ਆਇਆ ਜੀ, ਉਹਨੇ ਸਾਡੇ ਸਾਹਮਣੇ ਗੱਡੀ ਬੈਕ ਕੀਤੀ। ਮੈਂ ਕਿਹਾ ਇਹ ਕੌਣ ਹੈ? ਉਹ ਕਹਿੰਦਾ ਜੀ ਮੈਂ ਮਾਲਕ ਹਾਂ। ਮੈਂ ਸਾਨੂੰ ਪਤਾ ਲੱਗ ਗਿਆ ਵੀ ਇਸ ਨਹਿਰ ਦੇ ਵਿੱਚ ਇਹ ਗੱਡੀ ਖੜਾ ਕੇ ਛਾਲ ਮਾਰੀ। ਕਹਿੰਦਾ ਬਿਲਕੁਲ ਨਹੀਂ ਜੀ, ਮੇਰੀ ਗੱਡੀ ਦਾ ਐਕਸਲ ਟੁੱਟਣ ਕਰਕੇ ਮੈਂ ਚਲਾ ਗਿਆ ਸੀ, ਅਤੇ ਕੋਈ ਇਹੋ ਜਿਹੀ ਕਿਸੇ ਨੇ ਛਾਲ ਨਹੀਂ ਮਾਰੀ, ਮੈਂ ਇਕੱਲਾ ਸੀ। ਬਾਕੀ ਜਿਹੜੇ ਬੰਦੇ ਨੇ ਇਸ ਤਰ੍ਹਾਂ ਵੀਡੀਓ ਵਾਇਰਲ ਹੋਈ ਹੈ ਵੀ ਇਸ ਕੇ ਅੰਦਰ ਕਹਿ ਰਿਹਾ ਵੀ ਛਾਲ ਮਾਰ ਗਿਆ ਬੰਦਾ, ਹਾਂਜੀ, ਐਸੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ? ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਮੈਂ ਕੱਲ੍ਹ ਦਾ ਜਦੋਂ ਮੈਂ ਦੇਖਿਆ ਜੀ ਪਟਿਆਲਾ, ਆਪਣੇ ਪਟਿਆਲਾ ਗਰੁੱਪ ਦੇ ਵਿੱਚ ਹੋਰ ਗਰੁੱਪਾਂ ਦੇ ਵਿੱਚ ਦੇਖਿਆ, ਉਹਦਾ ਮੈਨੂੰ ਨੰਬਰ ਟਰੇਸ ਨਹੀਂ ਹੋਇਆ। ਮੈਂ ਖੁਦ ਨੰਬਰ ਟਰੇਸ ਕਰਨ ਡਿਆ ਕੱਲ੍ਹ ਦਾ ਵੀ ਉਹਨਾਂ ਦੇ ਖਿਲਾਫ਼ ਮੈਂ ਖੁਦ ਕਾਰਵਾਈ ਕਰਾਵਾਂ, ਕਿਉਂ ਜਦੋਂ ਬਿਨਾਂ ਵਜ੍ਹਾ ਮਤਲਬ ਝੂਠੀਆਂ ਫੋਮ ਫੈਲਾ ਕੇ ਅਤੇ ਪੁਲਿਸ ਨੂੰ ਪਰੇਸ਼ਾਨ ਕਰਦੇ ਨੇ, ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ। ਜਿਵੇਂ ਉਹਨੇ ਕੱਲ੍ਹ ਕਹਿ ਦਿੱਤਾ ਉਹਦੇ ਪਰਿਵਾਰ ਨੂੰ ਹਰ ਚੀਕੇ ਉਹਦੇ ਪਰਿਵਾਰ ਨੂੰ ਪਤਾ ਲੱਗਾ ਵੀ ਨਹਿਰ 'ਚ ਛਾਲ ਮਾਰੀ, ਉਹ ਕੱਲ੍ਹ ਨੂੰ ਉਹ ਵੀ ਕੁਝ ਹੋ ਸਕਦਾ ਸੀ ਉਹਨਾਂ ਨੂੰ, ਬਿਲਕੁਲ ਗਲਤ ਹੈ ਜੀ। ਉਹਦਾ ਨੰਬਰ ਮੈਂ ਟਰੇਸ ਕਰ ਰਿਹਾ ਪਰ ਅਜੇ ਤੱਕ ਮੈਨੂੰ ਕੋਈ ਪਤਾ ਲੱਗਾ। ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਅਸੀਂ ਜਾ ਕੇ ਮੌਕਾ ਦੇਖਿਆ ਸੀ, ਉਹ ਗੱਡੀ ਜਿਹੜੀ ਸੀ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਜੀ, ਉਹਦਾ ਮਾਲਕ ਵੀ ਸਾਨੂੰ ਉੱਥੇ ਮਿਲਿਆ। ਉਹ ਗੱਡੀ ਦਾ ਐਕਸਲ ਟੁੱਟਣ ਕਰਕੇ ਉੱਥੇ ਜਦੋਂ ਪੜਤਾਲ ਕੀਤੀ ਉਹ ਮਿਸਤਰੀ ਲੈ ਕੇ ਆਇਆ ਜੀ, ਉਹਨੇ ਸਾਡੇ ਸਾਹਮਣੇ ਗੱਡੀ ਬੈਕ ਕੀਤੀ। ਮੈਂ ਕਿਹਾ ਇਹ ਕੌਣ ਹੈ? ਉਹ ਕਹਿੰਦਾ ਜੀ ਮੈਂ ਮਾਲਕ ਹਾਂ। ਮੈਂ ਸਾਨੂੰ ਪਤਾ ਲੱਗ ਗਿਆ ਵੀ ਇਸ ਨਹਿਰ ਦੇ ਵਿੱਚ ਇਹ ਗੱਡੀ ਖੜਾ ਕੇ ਛਾਲ ਮਾਰੀ। ਕਹਿੰਦਾ ਬਿਲਕੁਲ ਨਹੀਂ ਜੀ, ਮੇਰੀ ਗੱਡੀ ਦਾ ਐਕਸਲ ਟੁੱਟਣ ਕਰਕੇ ਮੈਂ ਚਲਾ ਗਿਆ ਸੀ, ਅਤੇ ਕੋਈ ਇਹੋ ਜਿਹੀ ਕਿਸੇ ਨੇ ਛਾਲ ਨਹੀਂ ਮਾਰੀ, ਮੈਂ ਇਕੱਲਾ ਸੀ। ਬਾਕੀ ਜਿਹੜੇ ਬੰਦੇ ਨੇ ਇਸ ਤਰ੍ਹਾਂ ਵੀਡੀਓ ਵਾਇਰਲ ਹੋਈ ਹੈ ਵੀ ਇਸ ਕੇ ਅੰਦਰ ਕਹਿ ਰਿਹਾ ਵੀ ਛਾਲ ਮਾਰ ਗਿਆ ਬੰਦਾ, ਹਾਂਜੀ, ਐਸੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ? ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਮੈਂ ਕੱਲ੍ਹ ਦਾ ਜਦੋਂ ਮੈਂ ਦੇਖਿਆ ਜੀ ਪਟਿਆਲਾ, ਆਪਣੇ ਪਟਿਆਲਾ ਗਰੁੱਪ ਦੇ ਵਿੱਚ ਹੋਰ ਗਰੁੱਪਾਂ ਦੇ ਵਿੱਚ ਦੇਖਿਆ, ਉਹਦਾ ਮੈਨੂੰ ਨੰਬਰ ਟਰੇਸ ਨਹੀਂ ਹੋਇਆ। ਮੈਂ ਖੁਦ ਨੰਬਰ ਟਰੇਸ ਕਰਨ ਡਿਆ ਕੱਲ੍ਹ ਦਾ ਵੀ ਉਹਨਾਂ ਦੇ ਖਿਲਾਫ਼ ਮੈਂ ਖੁਦ ਕਾਰਵਾਈ ਕਰਾਵਾਂ, ਕਿਉਂ ਜਦੋਂ ਬਿਨਾਂ ਵਜ੍ਹਾ ਮਤਲਬ ਝੂਠੀਆਂ ਫੋਮ ਫੈਲਾ ਕੇ ਅਤੇ ਪੁਲਿਸ ਨੂੰ ਪਰੇਸ਼ਾਨ ਕਰਦੇ ਨੇ, ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ। ਜਿਵੇਂ ਉਹਨੇ ਕੱਲ੍ਹ ਕਹਿ ਦਿੱਤਾ ਉਹਦੇ ਪਰਿਵਾਰ ਨੂੰ ਹਰ ਚੀਕੇ ਉਹਦੇ ਪਰਿਵਾਰ ਨੂੰ ਪਤਾ ਲੱਗਾ ਵੀ ਨਹਿਰ 'ਚ ਛਾਲ ਮਾਰੀ, ਉਹ ਕੱਲ੍ਹ ਨੂੰ ਉਹ ਵੀ ਕੁਝ ਹੋ ਸਕਦਾ ਸੀ ਉਹਨਾਂ ਨੂੰ, ਬਿਲਕੁਲ ਗਲਤ ਹੈ ਜੀ। ਉਹਦਾ ਨੰਬਰ ਮੈਂ ਟਰੇਸ ਕਰ ਰਿਹਾ ਪਰ ਅਜੇ ਤੱਕ ਮੈਨੂੰ ਕੋਈ ਪਤਾ ਲੱਗਾ। ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।